ਗਰਮੀ ਦੇ ਤਾਪਮਾਨ ਦੀ ਵਡੋਤਰੀ ਦੇ ਕਾਰਨ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਸਿਹਤ ਵਿਭਾਗ ਦੇ ਵੱਲੋਂ ਵੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਤੇਜ਼ੀ ਦੇ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਕੜੀ ਦੇ ਵਿੱਚ ਅੱਜ ਸਿਹਤ ਵਿਭਾਗ ਦੇ ਵੱਲੋਂ ਫਿਰੋਜ਼ਪੁਰ DC ਦਫ਼ਤਰ ਦੇ ਨਜ਼ਦੀਕ ਮੇਨ ਰੋਡ ਦੇ ਉੱਤੇ ਨਕਲੀ ਦੁੱਧ ਦੇ ਪ੍ਰੋਡਕਟ ਵੇਚਣ ਵਾਲੇ ਨੂੰ ਫੜ ਲਿਆ ਗਿਆ, ਜਿੱਥੇ ਕਿ ਉੱਤਮ ਕੰਪਨੀ ਦੇ ਦੁੱਧ, ਦਹੀਂ, ਲੱਸੀ ਅਤੇ ਪਨੀਰ ਵੇਚਣ ਵਾਲੇ ਨੂੰ ਫੜ ਕੇ ਉਸ ਦੇ ਸਾਰੇ ਪ੍ਰੋਡਕਟ ਦੇ ਸੈਂਪਲ ਭਰੇ ਗਏ ਨੇ। ਸਿਹਤ ਵਿਭਾਗ ਇੰਸਪੈਕਟਰ ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਕਿਹਾ ਕਿ ਅੱਜ ਉੱਤਮ ਦੀ ਕੰਪਨੀ ਦੇ ਦੁੱਧ, ਦਹੀਂ ਅਤੇ ਲੱਸੀ, ਪਨੀਰ ਆਦਿ ਦਾ ਸੈਂਪਲ ਲਿਆ ਗਿਆ। ਉਹਨਾਂ ਨੇ ਸਹੀ ਮਾਤਰਾ ਦੇ ਵਿੱਚ ਟੈਂਪਰੇਚਰ ਨੂੰ ਮੇਨਟੇਨ ਨਹੀਂ ਕੀਤਾ ਹੋਇਆ ਸੀ, ਜੋ ਕਿ ਤੇਜ਼ ਗਰਮੀ ਦੇ ਕਾਰਨ ਇਹ ਪ੍ਰੋਡਕਟ ਖਰਾਬ ਹੋ ਜਾਂਦੇ ਨੇ, ਜਿਸ ਦੇ ਚਲਦਿਆਂ ਅੱਜ ਉਹਨਾਂ ਦੇ ਵੱਲੋਂ ਉੱਤਮ ਕੰਪਨੀ ਦੇ ਦੁੱਧ, ਦਹੀਂ, ਲੱਸੀ ਅਤੇ ਪਨੀਰ ਦੇ ਸੈਂਪਲ ਭਰ ਕੇ ਚੰਡੀਗੜ੍ਹ ਲੈਬ ਦੇ ਵਿੱਚ ਭੇਜ ਦਿੱਤੇ ਗਏ ਨੇ ਅਤੇ ਮਾਲ ਵੇਚਣ ਵਾਲੇ ਮਾਲਕ ਦੇ ਖਿਲਾਫ ਨੋਟਿਸ ਵੀ ਭੇਜ ਦਿੱਤਾ ਗਿਆ। ਸਰ, ਸਿਹਤ ਵਿਭਾਗ ਨੇ ਜਿਹੜੀ ਹੈ ਕਿ ਉੱਤਮ ਦੁੱਧ ਦੇ ਜਾਂ ਦਹੀਂ ਤੇ ਰੇਡ ਕੀਤੀ ਗਈ ਹੈ। ਚੈਕਿੰਗ ਕਰ ਰਹੇ ਸੀਗੇ ਰੈਗੂਲਰ, ਅਤੇ ਰਸਤੇ ਵਿੱਚ ਇਹਨਾਂ ਦੀ ਗੱਡੀ ਆਈ ਸੀਗੀ, ਗੱਡੀ ਰੋਕ ਕੇ ਅਤੇ ਅਸੀਂ ਇਹਨਾਂ ਦੇ ਪ੍ਰੋਡਕਟਸ ਵਗੈਰਾ ਸਾਰੇ ਚੈੱਕ ਕੀਤੇ ਇਹਨਾਂ ਦੇ, ਵੀ ਉਹ ਇਹ ਲੁਧਿਆਣੇ ਤੋਂ ਉੱਤਮ ਸੁਪਰੀਮ ਐਗਰੋ ਵਾਲਿਆਂ ਦੀ ਹੈਗੀ ਆ, ਅਤੇ ਇਹਦੇ ਵਿੱਚ ਅਸੀਂ ਸਾਰੇ ਪ੍ਰੋਡਕਟਸ ਇਹਨਾਂ ਚੈੱਕ ਕੀਤੇ ਆ। ਦਹੀਂ ਹੈਗਾ ਵਾ, ਇਹ ਲੱਸੀ ਹੈਗੀ, ਸਵੀਟ ਲੱਸੀ ਆ, ਨਾਲ ਇਹਦਾ ਪਨੀਰ ਹੈਗਾ ਵਾ, ਅਤੇ ਇਹਨਾਂ ਦੇ ਵਿੱਚ ਮੇਨ ਅਤੇ ਬਾਕੀ ਚੀਜ਼ਾਂ ਇਹਨਾਂ ਦੇ ਬਿਲਿੰਗ ਵਗੈਰਾ ਸਾਰਾ ਕੁਝ ਠੀਕ ਆ, ਸਾਰਾ ਕੁਝ ਲੇਬਲਿੰਗ ਵੀ ਠੀਕ ਲੱਗਦੀ ਆ। ਪਰ ਇਹਦੇ ਵਿੱਚ ਸਾਨੂੰ ਥੋੜ੍ਹੀ ਇਹ ਪ੍ਰੋਬਲਮ ਲੱਗੀ ਆ ਵੀ ਇਹਦਾ ਜਿਹੜਾ ਟੈਂਪਰੇਚਰ ਆ, ਇਹਨਾਂ ਲਿਖਿਆ ਵਾ ਵੀ 3 ਤੋਂ ਲੈ ਕੇ 6 ਡਿਗਰੀ ਤੱਕ ਹੋਣਾ ਚਾਹੀਦਾ ਵਾ, ਤਾਂ ਹੀ ਇਹ ਉਹਦੇ ਮੁਤਾਬਕ ਇਹ ਰਹਿ ਸਕਦਾ ਵਾ। ਉਹ ਅਸੀਂ ਪਰ ਵੇਖ ਰਹੇ ਹਾਂ ਅਤੇ ਥੋੜ੍ਹਾ ਇਹਦੇ ਵਿੱਚ ਕੋਈ ਰੈਫਰੀਜਰੇਸ਼ਨ ਦੀ ਹੈਗੀ ਨਹੀਂ ਆ, ਉਹਦੇ ਕਰਕੇ ਅਸੀਂ ਸੈਂਪਲਿੰਗ ਕਰਕੇ ਇਹਨਾਂ ਪ੍ਰੋਡਕਟਸ ਦੀ ਚੰਡੀਗੜ੍ਹ ਭੇਜਾਂਗੇ। ਉੱਥੋਂ ਪਤਾ ਲੱਗੂਗਾ ਵੀ ਜ਼ਿਆਦਾ ਗਰਮੈਸ਼ ਨਾਲ ਇਹਨਾਂ ਦੇ ਵਿੱਚ ਕੋਈ ਚੇਂਜਿਸ ਤਾਂ ਨਹੀਂ ਆਉਂਦੇ ਫੈਟ ਦੇ ਵਿੱਚ, ਜਾਂ ਕੋਈ ਵੀ ਜਾਂ ਕੋਈ ਮਿਲਾਵਟ, ਜਾਂ ਅੱਜ ਕੱਲ੍ਹ ਡੁਪਲੀਕੇਟ ਦਾ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਅਮੁਲ ਦਾ ਡੁਪਲੀਕੇਟ ਫੜਿਆ ਗਿਆ ਵਾ, ਇਹਦੇ ਵਿੱਚ ਇਹ ਵੀ ਪਤਾ ਲੱਗ ਜਾਂਦਾ ਵਾ ਕਿ ਡੁਪਲੀਕੇਟ ਕੰਪਨੀ ਦੀ ਪੈਕਿੰਗ ਨਾ ਹੁੰਦੀ ਹੈ ਉਸ ਚੈਕਿੰਗ ਵਾਸਤੇ। ਸਰ ਜੀ, ਗੱਲ ਕਰੀਏ ਤੁਹਾਡੇ ਮੁਤਾਬਕ ਕਹਿਣ ਦੇ ਮੁਕਾਬਲੇ 3.6 ਡਿਗਰੀ ਦੇ ਨਾਲ ਇਹਦਾ ਦੁਕਾਨਦਾਰ ਤੋਂ, ਜਿਹੜਾ ਫੈਕਟਰੀ ਤੋਂ ਲੈ ਕੇ ਦੁਕਾਨਦਾਰ ਤੱਕ ਆ, ਉਹਨਾਂ ਨੂੰ ਮੇਨਟੇਨ ਕਰਕੇ ਰੱਖਣ, ਤੇ ਜਿਹੜਾ ਟੈਂਪਰੇਚਰ ਆ ਉੱਥੋਂ ਤੱਕ ਪਹੁੰਚਾਉਣ ਤੱਕ ਉਹ 3 ਤੋਂ ਲੈ ਕੇ 6 ਡਿਗਰੀ ਤੱਕ ਹੀ ਹੋਣਾ ਚਾਹੀਦਾ ਵਾ। ਜਦੋਂ ਦੁਕਾਨ ਦੇ ਵਿੱਚ ਆ ਜੇ ਤੇ ਫਿਰ ਉਹ 3 ਤੋਂ ਲੈ ਕੇ 6 ਡਿਗਰੀ ਤੱਕ ਲੋਕਾਂ ਨੂੰ ਵੀ, ਜਿਹੜਾ ਪਰਚੇਸ ਕਰਦਾ ਵਾ ਕੰਜ਼ਿਊਮਰ ਤੱਕ, ਸੇਮ ਟੈਂਪਰੇਚਰ ਤੇ ਪਹੁੰਚਣਾ ਚਾਹੀਦਾ ਵਾ। ਪਰ ਇਹ ਨਹੀਂ ਪਹੁੰਚ ਰਿਹਾ, ਇਹਦੇ ਉੱਤੇ ਕੋਈ ਕਾਰਵਾਈ ਤੁਹਾਡੇ ਵੱਲੋਂ? ਇਹਦੇ ਕਾਰਵਾਈ ਇਹਦੇ ਵਿੱਚ ਇਹਨਾਂ ਨੇ ਨਾ ਰਿਟਰਨ ਹਰ ਡਿਸਟ੍ਰਿਕਟ ਨੂੰ ਆਪਣੀ ਦਿੰਦੇ ਆ, ਤੇ ਇਹਦੇ ਵਿੱਚ ਸਾਡੇ ਜਿਹੜੇ ਐਡਵਾਈਜ਼ਰੀ ਮੀਟਿੰਗਸ ਹੁੰਦੀਆਂ ਵਾ ਉਹਦੇ ਵਿੱਚ ਅਸੀਂ ਸੁਜੈਸ਼ਨ ਦਿੱਤੀਆਂ ਹੋਈਆਂ ਕੋਲਡ ਚੇਨ ਮੇਨਟੇਨ ਕਰਨ ਦੀਆਂ, ਅਤੇ ਸਾਡੇ ਕਾਹਨ ਸਿੰਘ ਪੰਨੂ ਆਪਣੇ ਕਮਿਸ਼ਨਰ ਸਾਹਿਬ ਨੇ, ਉਹਨਾਂ ਨੇ ਵੀ ਇਹ ਗੱਲ ਦੇ ਉੱਤੇ ਥੋੜ੍ਹਾ ਜਿਹਾ ਗੌਰ ਕਰਨਾ ਹੈ। ਕਾਰਵਾਈ ਕੀ? ਕਾਰਵਾਈ ਇਹ ਆ ਵੀ ਇਹਨਾਂ ਨੂੰ ਨੋਟਿਸ ਦਿੱਤਾ ਜਾਊਗਾ ਕਿ ਤੁਸੀਂ ਆਪਣੀ ਜਿਹੜੀ ਰੈਫਰੀਜਰੇਸ਼ਨ ਹੈ, ਕੋਲਡ ਚੇਨ ਮੇਨ ਹੈ, ਉਹਨੂੰ ਮੇਨਟੇਨ ਕਰੋ, ਮੇਨਟੇਨ ਕਰਕੇ ਜਿਹੜਾ ਵੀ ਸਹੀ ਕੰਜ਼ਿਊਮਰ ਨੂੰ ਸਹੀ ਟੈਂਪਰੇਚਰ ਤੇ ਸਹੀ ਫੈਟ ਤੇ ਗ੍ਰੈਵਿਟੀ ਦੇ ਚੀਜ਼ਾਂ ਮਿਲ ਸਕਣ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।